ਇਹ ਸਾਡਾ ਪ੍ਰੋਗਰਾਮ ਸਿਰਜਣਾ ਕੇਂਦਰ ਕਪੂਰਥਲਾ ਰਜਿਸਟਰਡ ਦੀ ਬੋਡੀ ਸਾਡੀ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ। ਉਹਦਾ ਇਸ ਵੇਲੇ ਜਿਹੜੀ ਮੌਜੂਦਾ ਸੇਵਾ ਬਤੌਰ ਪ੍ਰਧਾਨ ਲੱਗੀ ਹੈ ਮੈਨੂੰ ਤੁਹਾਡੇ ਸ਼ਾਇਰ ਕੰਵਰ ਇਕਬਾਲ ਸਿੰਘ ਨੂੰ ਲੱਗੀ ਹੈ, ਅਤੇ ਮੇਰੇ ਨਾਲ ਸਾਡੇ ਸੀਨੀਅਰ ਆਸ਼ੂ ਕੁਮਰਾ ਜੀ ਖੜ੍ਹੇ ਨੇ। ਔਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਇੱਕ ਤਾਂ ਅਸੀਂ ਵਿਸ਼ੇਸ਼ ਤੌਰ 'ਤੇ ਡਾਕਟਰ ਸੁਰਜੀਤ ਪਾਤਰ ਜਿਹੜੇ ਕਿ ਕਪੂਰਥਲੇ ਦੇ ਲਾਗੇ ਪਿੰਡ ਪੱਤਣ ਕਲਾਂ ਦੇ ਜੰਮਪਲ ਹਨ ਅਤੇ ਨਾਲ ਹੀ ਉਹ ਸਰਕਾਰੀ ਕਾਲਜ ਕਪੂਰਥਲਾ ਪੜ੍ਹੇ ਨੇ, ਔਰ ਉਹਨਾਂ ਨੇ ਬਹੁਤ ਬੁਲੰਦੀ ਹਾਸਲ ਕੀਤੀ ਪੰਜਾਬੀ ਸਾਹਿਤ ਵਿੱਚ। ਪਦਮ ਸ਼੍ਰੀ ਦਾ ਸਨਮਾਨ ਵੀ ਉਹਨਾਂ ਨੂੰ ਪ੍ਰਾਪਤ ਹੋਇਆ, ਔਰ ਪਿਛਲੇ ਦਿਨੀ ਉਹ ਜਦੋਂ ਸਾਨੂੰ ਸਦੀਵੀ ਵਿਛੋੜਾ ਦੇ ਗਏ ਤਾਂ ਅਸੀਂ ਸੋਚਿਆ ਕਿ ਉਹਨਾਂ ਦੀ ਯਾਦ ਵਿੱਚ ਇੱਕ ਕਵੀ ਦਰਬਾਰ ਅਸੀਂ ਕਰਵਾਈਏ। ਅੱਜ ਅਸੀਂ ਉਹ ਸਿਰਜਣਾ ਕੇਂਦਰ ਦੇ ਵਿਹੜੇ 'ਚ ਕਵੀ ਦਰਬਾਰ ਉਲੀਕਿਆ, ਔਰ ਉਸ ਕਵੀ ਦਰਬਾਰ ਦੇ ਨਾਲ ਨਾਲ ਡਾਕਟਰ ਗੁਰਬਖਸ਼ ਪੰਡਾਲ ਜਿਹੜੇ ਕਿ ਕਪੂਰਥਲੇ ਦੇ ਜੰਮਪਲ ਨੇ ਪਿੰਡ ਪੰਡਾਲ ਦੋਨਾਂ ਦੇ ਪੰਡਾਲ ਬੇਟ ਦੇ, ਔਰ ਉਹਨਾਂ ਨੇ ਪੂਰੀ ਜਿਹੜੀ ਆਪਣੀ ਉਮਰ ਹੈ ਕਪੂਰਥਲੇ ਕਾਲਜ ਦੇ ਵਿੱਚ ਸੇਵਾ ਨਿਭਾਈ ਬਤੌਰ ਪ੍ਰੋਫੈਸਰ। ਉਸ ਤੋਂ ਬਾਅਦ ਉਹ ਬੱਚਿਆਂ ਕੋਲ ਕਦੇ ਅਮੈਰੀਕਾ ਕਦੇ ਕੈਨੇਡਾ ਚਲੇ ਗਏ, ਅੱਜ ਕੱਲ੍ਹ ਅਮੈਰੀਕਾ ਯੂਨੀਵਰਸਿਟੀ ਵਿੱਚ ਉਹ ਪ੍ਰੋਫੈਸਰ ਨੇ, ਔਰ 20 ਕਿਤਾਬਾਂ ਤੋਂ ਵੱਧ ਕਿਤਾਬਾਂ ਲਿਖੀਆਂ ਨੇ ਉਹਨਾਂ ਨੇ ਪੰਜਾਬੀ ਸਾਹਿਤ ਦੀਆਂ ਵੱਖ ਵੱਖ ਵੰਨਗੀਆਂ। ਉਹ ਪੰਡਾਲ ਸਾਹਿਬ ਕੁਦਰਤੀ ਸਾਡੇ ਸ਼ਹਿਰ ਕਪੂਰਥਲੇ ਆਪਣੇ ਪਰਿਵਾਰ ਵਿੱਚ ਮਿਲਣ ਆਏ ਸਨ। ਅਸੀਂ ਸਬੱਬ ਨਾਲ ਉਹਨਾਂ ਨੂੰ ਬੇਨਤੀ ਕੀਤੀ, ਉਹਨਾਂ ਦਾ ਇੱਕ ਰੂਬਰੂ ਸਮਾਗਮ ਅਸੀਂ ਲਿਖਿਆ ਇਸੇ ਕਵੀ ਦਰਬਾਰ ਦੇ ਨਾਲ ਹੀ। ਪਹਿਲਾਂ ਕਵੀ ਦਰਬਾਰ ਹੋ ਰਿਹਾ, ਫਿਰ ਰੂਬਰੂ ਕਰਾਵਾਂਗੇ। ਪੰਡਾਲ ਸਾਹਿਬ ਆਪਣੇ ਬਾਰੇ ਦੱਸਣਗੇ ਕਿ ਮੇਰਾ ਜਨਮ ਕਿੱਥੇ ਹੋਇਆ, ਮੈਂ ਕਦੋਂ ਲਿਖਣਾ ਸ਼ੁਰੂ ਕੀਤਾ, ਕਿੰਨੀਆਂ ਕਿਤਾਬਾਂ ਲਿਖੀਆਂ, ਕਿੱਥੇ ਕਿੱਥੇ ਮੈਂ ਬੱਚਿਆਂ ਨੂੰ ਤਾਲੀਮ ਦਿੱਤੀ। ਪੰਡਾਲ ਸਾਹਿਬ ਦਾ ਰੂਬਰੂ ਹੋਏਗਾ, ਔਰ ਸਾਡੇ ਵਿੱਚ ਘੱਟ ਤੋਂ ਘੱਟ ਇਸ ਵੇਲੇ ਜਿਹੜੀ ਹਾਜ਼ਰੀ ਹੈ ਉਹ ਜ਼ਿਲ੍ਹਾ ਕਪੂਰਥਲਾ ਦੇ ਕਾਫੀ ਲੇਖਕ ਸਾਡੇ ਵਿੱਚ ਸ਼ਾਮਿਲ ਨੇ, ਔਰ ਮੈਂ ਬਤੌਰ ਪ੍ਰਧਾਨ ਤੁਹਾਡਾ ਕਮਰ ਇਕਬਾਲ ਸਿੰਘ ਸਮੁੱਚੇ ਮੀਡੀਆ ਦਾ, ਪ੍ਰਿੰਟ ਮੀਡੀਆ ਦਾ, ਇਲੈਕਟ੍ਰੋਨਿਕ ਮੀਡੀਆ ਦਾ ਅਤੇ ਆਪਣੇ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਮੇਰੀ ਮਦਦ ਕੀਤੀ। ਮਿਹਰਬਾਨੀ।